ਪੰਜਾਬ ਭਰ 'ਚ ਨਸ਼ਿਆਂ ਖਿਲਾਫ਼ ਸੜਕਾਂ ਉੱਪਰ ਲੋਕ ਨੇ, ਇਸੇ ਤਹਿਤ ਹੀ ਸ਼ਿਵ ਸੈਨਾ ਹਿੰਦ ਵੱਲੋਂ ਖੰਨਾ 'ਚ ਰੈਲੀ ਦਾ ਆਯੋਜਨ ਕੀਤਾ ਗਿਆ, ਜਿੱਥੇ ਸੰਸਥਾ ਦੇ ਪ੍ਰਧਾਨ ਮਹੰਤ ਕਸ਼ਮੀਰ ਗਿਰੀ ਨੇ ਪੁਲਿਸ ਉੱਤੇ ਰੈਲੀ ਨੂੰ ਰੋਕਣ ਦੇ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ ਕਾਲੀਆਂ ਝੰਡੀਆਂ ਫੜ DCP ਨੂੰ ਮੰਗ ਪੱਤਰ ਸੌਂਪ ਕੇ ਰੈਲੀ ਦੀ ਸਮਾਪਤੀ ਕੀਤੀ ਜਾਣੀ ਸੀ, ਪਰ ਪੁਲਿਸ ਵੱਲੋਂ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਿਸੇ ਨੂੰ ਵੀ ਰੈਲੀ ਕੱਢਣੋਂ ਨਹੀਂ ਰੋਕਿਆ ਗਿਆ। ਨਸ਼ੇ ਦਾ ਮਾਹੌਲ ਚੱਲਦਾ ਹੈ, ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਚਲੇ ਗਈ। ਅਸੀਂ ਚਾਹੁੰਦੇ ਸੀ ਕਿ ਅਸੀਂ ਇੱਕ ADC ਸਾਹਿਬ ਨੂੰ ਮੰਗ ਪੱਤਰ ਦਈਏ, ਉਸ ਮੰਗ ਪੱਤਰ ਦੇ ਵਿੱਚ ਇਹ ਹੋਵੇ ਕਿ ਸਰਕਾਰ ਜੋ ਬੱਚੇ ਨਸ਼ੇ 'ਚ ਚਲੇ ਗਏ ਨੇ ਉਹਨਾਂ ਨੂੰ ਆਪਣੇ ਖਰਚੇ ਦੇ ਵਿੱਚ ਆਪਣੇ ਖਰਚੇ 'ਚ ਸੈਂਟਰਾਂ 'ਚ ਛੱਡੇ, ਉਹ ਜੋ ਨਸ਼ਾ ਤਸਕਰ ਹੈ ਉਹਨਾਂ ਨੂੰ ਤੜੀ ਪਾਰ ਕੀਤਾ ਜਾਵੇ, ਜੋ ਕਿ ਪੰਜਾਬ 'ਚੋਂ ਹੀ ਬਾਹਰ ਕੱਢਿਆ ਜਾਵੇ, ਜੋ ਕਿ ਖੰਨੇ ਦਾ ਪੁਲਿਸ ਪ੍ਰਸ਼ਾਸਨ ਹੈ ਉਹ ਚਾਹੁੰਦਾ ਹੈ ਕਿ ਬਿਲਕੁਲ ਕੋਈ ਮੰਗ ਪੱਤਰ ਨਹੀਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਤੁਸੀਂ ਆਪਣੇ ਡੇਰੇ ਵਿੱਚ ਹੀ ਬੈਠੋ। ਇੰਨੇ ਬੱਚੇ ਜੋ ਨਸ਼ੇ ਦੇ ਖਿਲਾਫ ਹੈ, ਇੱਥੇ ਘੱਟੋ ਘੱਟ 500 ਬੱਚਾ ਆਏ ਆ ਔਰ ਜੁੰਮੇਵਾਰ ਸ਼ਹਿਰ ਦੇ ਮੁਤਬਰ ਬੰਦੇ ਆਏ ਹੋਏ ਨੇ, ਜੋ ਕਿ ਪੁਲਿਸ ਪ੍ਰਸ਼ਾਸਨ ਹੈ ਸਾਨੂੰ ਮੰਗ ਪੱਤਰ ਦੇਣ ਤੋਂ ਰੋਕ ਰਿਹਾ ਔਰ ਇਹ ਕਹਿ ਰਿਹਾ ਕਿ ਬਿਲਕੁਲ ਕੋਈ ਮੰਗ ਪੱਤਰ ਨਹੀਂ ਦੇਣ ਦਿੱਤਾ ਜਾਏਗਾ ਕਿਉਂਕਿ ਇਹ ਪੁਲਿਸ ਦੇ ਖਿਲਾਫ ਹੈ। ਜੇ ਪੁਲਿਸ ਆਪਣਾ ਕੰਮ ਕਰ ਰਹੀ ਹੈ, ਸਾਡੇ ਵੱਲੋਂ ਪੁਲਿਸ ਨੂੰ ਕੋਈ ਦਿੱਕਤ ਨਹੀਂ, ਅਸੀਂ ਤਾਂ ਜੋ ਪੰਜਾਬ ਦੀ ਮੁਹਿੰਮ ਚੱਲ ਰਹੀ ਹੈ, ਜੋ ਕੈਪਟਨ ਸਾਹਿਬ ਨੇ ਅੱਜ ਕਿਹਾ ਕਿ ਜੋ ਨਸ਼ਾ ਇਸ ਨੂੰ ਖਤਮ ਹੋਣਾ ਚਾਹੀਦਾ, ਅਸੀਂ ਉਸ ਹਿਸਾਬ ਨਾਲ ਹੀ ਅੱਜ ਦੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਮਾਰੇ ਔਰ ADC ਸਾਹਿਬ ਨੂੰ ਮੰਗ ਪੱਤਰ ਦੇਣ ਦੇ ਮਾਰੇ ਇੱਕ ਪ੍ਰੋਗਰਾਮ ਰੱਖਿਆ ਸੀ ਕਿ ਜੋ ਨਸ਼ਾ ਹੈ ਇਹ ਨਸ਼ਾ ਖਤਮ ਹੋਣਾ ਚਾਹੀਦਾ ਹੈ, ਜੋ ਨਸ਼ਾ ਵੇਚਦੇ ਨੇ ਉਹਨਾਂ ਨੂੰ ਪੰਜਾਬ 'ਚੋਂ ਬਾਹਰ ਕਰਨਾ ਚਾਹੀਦਾ ਹੈ ਅਤੇ ਜੋ ਬੱਚੇ ਨਸ਼ੇ ਦੇ ਦਲਦਲ 'ਚ ਚਲੇ ਗਏ ਨੇ ਸਰਕਾਰ ਆਪਣੇ ਖਰਚੇ ਦੇ ਉੱਪਰ ਉਹਨਾਂ ਨੂੰ ਸੈਂਟਰਾਂ ਵਿੱਚ ਲੈ ਕੇ ਜਾਵੇ ਜਾਂ ਉਹਨਾਂ ਨੂੰ ਦਵਾਈ ਬੂਟੀ ਦੇਵੇ। ਅੱਜ ਨਸ਼ਿਆਂ ਦੇ ਖਿਲਾਫ਼ ਇਹਨਾਂ ਨੇ ਜਾਣਾ ਸੀ, ਬਟ DC ਸਾਹਿਬ ਅਵੇਲੇਬਲ ਨਹੀਂ ਸੀਗੇ ਮੌਕੇ 'ਤੇ। ਸਾਡੇ DSP ਸਾਹਿਬ ਖੰਨਾ ਅਤੇ DSP ਸਾਹਿਬ ਸੁਖਨਾਥ ਸਿੰਘ ਆ ਗਏ ਨੇ, ਮੰਗ ਪੱਤਰ ਇਹਨਾਂ ਨੇ ਦਿੱਤਾ ਅਤੇ ਉਹ ਅਸੀਂ ਸਰਕਾਰ ਤੱਕ ਪਹੁੰਚਾ ਦਾਂਗੇ SDM ਸਾਹਿਬ ਦੇ ਰਾਹੀਂ।